ਬੀਬੀ ਐਨ ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਣੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਦਾ ਬੈਣੀਪਾਲ ਸ਼ੋਅ ਵਿੱਚ ਤੁਹਾਡਾ ਸਭਨਾ ਦਾ ਨਿੱਘਾ ਸਵਾਗਤ ਆਪ ਸਭਰਾਂ ਨੂੰ ਸ਼ਹੀਦ ਸੁਖਦੇਵ <th>ਪਰ ਦੇ 116ਵੇਂ ਜਨਮ ਦਿਨ ਦੀਆਂ ਲੱਖ ਲੱਖ ਮੁਬਾਰਕਾਂ ਕੈਨੇਡਾ ਦੀ ਸਿਆਸਤ ਵਿੱਚ ਪੰਜਾਬੀਆਂ ਦਾ ਬੋਲਬਾਲਾ ਵਿਦੇਸ਼ਾਂ 'ਚ ਬੈਠੇ ਅਤਵਾਦੀਆਂ ਨੂੰ ਭਾਰਤ ਲਿਆਉਣ ਦੀ ਯੋਜਨਾ ਤਿਆਰ ਪੰਜਾਬ ਦੇ ਵਿਧਾਇਕਾਂ ਅਤੇ ਮੰਤਰੀਆਂ ਦੀਆਂ ਗੱਡੀਆਂ ਤੇ ਤੇਲ ਦੇ ਖਰਚੇ ਦੀ ਜਾਂਚ ਸ਼ੁਰੂ 2 ਮਹੀਨਿਆਂ ਵਿੱਚ ਪੰਜਾਬ ਸਰਕਾਰ ਨੇ ਚੁੱਕਿਆ ਪਹਿਲਾਂ ਨਾਲੋਂ ਦੁੱਗਣਾ ਕਰਜ਼ ਅਤੇ ਸੁਖਪਾਲ ਖੈਰਾ ਨੇ ਕਰ ਦਿੱਤਾ ਸਿਆਸੀ ਤਮਾਕਾ ਦੋਸਤੋ ਇਹ ਕੁਝ ਜਾਣਕਾਰੀਆਂ ਆਪਣੇ ਪ੍ਰੋਗਰਾਮ ਦੌਰਾਨ ਸ਼ਾਮਲ ਕਰਾਂਗੇ ਇਹਦੇ ਤੋਂ ਪਹਿਲਾਂ ਕਿ ਇਹਨਾਂ ਸਾਰਿਆਂ ਦੇ ਉੱਤੇ ਵਿਸਥਾਰ ਦੇ ਨਾਲ ਗੱਲਬਾਤ ਕੀਤੀ ਜਾਵੇ ਤੁਹਾਨੂੰ ਸਭਨਾਂ ਨੂੰ ਬੇਨਤੀ ਇਹ ਹੈ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜਰੂਰ ਨੱਪ ਲੈਣੀ ਤੇ ਦੂਸਰੀ ਬੇਨਤੀ ਇਹ ਹੈ ਕਿ ਜੇਕਰ ਪ੍ਰੋਗਰਾਮ ਚੰਗਾ ਲੱਗਿਆ ਕਿਰਪਾ ਕਰਕੇ ਲਾਈਕ ਅਤੇ ਸ਼ੇਅਰ ਜਰੂਰ ਕਰ ਦੇਣਾ ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ ਤੇ ਆਓ ਹੁਣ ਇਹਨਾਂ ਸਾਰੀਆਂ ਜਾਣਕਾਰੀਆਂ ਦੇ ਉੱਤੇ ਵਿਸਥਾਰ ਦੇ ਨਾਲ ਗੱਲਬਾਤ ਕਰੀਏ ਸਭ ਤੋਂ ਪਹਿਲਾਂ ਤਾਂ ਸ਼ਹੀਦਾਂ ਨੂੰ ਯਾਦ ਕਰੀਏ ਸ਼ਹੀਦ ਸੁਖਦੇਵ ਹੋਰਾਂ ਦੇ ਅੱਜ 116ਵੇਂ ਜਨਮ ਦਿਨ ਦੀਆਂ ਆਪ ਸਭ ਨੂੰ ਮੁਬਾਰਕਾਂ ਅਤੇ ਪੰਜਾਬ ਸਰਕਾਰ ਦੇ ਵੱਲੋਂ ਵੀ ਅੱਜ ਸੂਬਾ ਪਧਰੀ ਸਮਾਗਮ ਕਰਵਾਇਆ ਜਾ ਰਿਹਾ ਹੈ ਗੁਰੂ ਨਾਨਕ ਭਵਨ ਫਿਰੋਜ਼ਪੁਰ ਰੋਡ ਲੁਧਿਆਣਾ ਦੇ ਵਿੱਚ ਸੁਖਦੇਵ ਸ਼ਹੀਦ ਦੇ ਆਜ ਨੂੰ ਸਰਦਾਰ ਭਗਤ ਸਿੰਘ ਅਤੇ ਰਾਜਗੁਰੂ ਦੇ ਨੇੜਲੇ ਸਾਥੀਆਂ ਵਿੱਚੋਂ ਇੱਕ ਸੀ ਅਤੇ ਤਿੰਨਾਂ ਨੂੰ ਇਕੱਠਿਆਂ ਨੂੰ ਹੀ ਫਾਂਸੀ ਦੇ ਤਖਤੇ ਦੇ ਉੱਤੇ ਲਟਕਾ ਦਿੱਤਾ ਗਿਆ ਸੀ ਤੇ ਦੱਸਣਾ ਚਾਹੁੰਦਾ ਕਿ ਸ਼ਹੀਦ ਸੁਖਦੇਵ ਦਾ ਜਨਮ 15 ਮਈ ਤੇ 1907 ਨੂੰ ਹੋਇਆ ਸੀ ਉਹਨਾਂ ਦੇ ਪਿਤਾ ਜੀ ਦਾ ਨਾਮ ਸ਼੍ਰੀਮਾਨ ਰਾਮ ਲਾਲ ਥਾਪਰ ਅਤੇ ਉਹਨਾਂ ਦੀ ਮਾਤਾ ਦਾ ਨਾਮ ਸ਼੍ਰੀਮਤੀ ਰਲੀ ਦੇਵੀ ਸੀ ਉਹਨਾਂ ਦੇ ਘਰ ਦੇ ਵਿੱਚ ਸ਼ਹੀਦ ਸੁਖਦੇਵ ਜਨਮ ਲੈਂਦੇ ਨੇ ਅਤੇ ਤਕਰੀਬਨ ਇਹ ਵੀ ਜਦੋਂ ਉਹਨਾਂ ਦੇ ਬਾਬਤ ਪੜ੍ਹਦੇ ਆ ਪਤਾ ਲੱਗਦਾ ਹੈ ਕਿ ਤਿੰਨਕ ਮਹੀਨੇ ਪਹਿਲਾਂ ਸੁਖਦੇਵ ਦੇ ਜਨਮ ਦਿਨ ਤੋਂ ਉਹਨਾਂ ਦੇ ਪਿਤਾ ਜੀ ਪਰਮਾਤਮਾ ਨੂੰ ਪਿਆਰੇ ਹੋ ਜਾਂਦੇ ਨੇ ਤੇ ਉਹਨਾਂ ਦੇ ਤਾਇਆ ਅਚਿੰਤ ਰਾਮ ਉਹਨਾਂ ਦਾ ਪਾਲਣ ਪੋਸ਼ਣ ਕਰਨ ਦੇ ਵਿੱਚ ਉਹਨਾਂ ਦੇ ਮਾਤਾ ਜੀ ਦਾ ਸਹਿਯੋਗ ਕਰਦੇ ਆ ਸੁਖਦੇਵ ਦੀ ਤਾਈ ਜੀ ਨੇ ਵੀ ਖਬਰ ਹੈ ਕਿ ਉਹਨਾਂ ਨੇ ਆਪਣੇ ਪੁੱਤਰਾਂ ਦੀ ਤਰ੍ਹਾਂ ਸੁਖਦੇਵ ਨੂੰ ਵੀ ਪਾਲਿਆ ਸੁਖਦੇਵ ਨੇ ਭਗਤ ਸਿੰਘ ਹੋਰਾਂ ਦੇ ਨਾਲ ਕਾਮਰੇਡ ਚੰਦਰ ਹੋਰਾਂ ਦੇ ਨਾਲ ਭਗਵਤੀ ਚਰਨ ਬੂਰਾ ਹੋਰਾਂ ਦੇ ਨਾਲ ਇਕੱਠਿਆਂ ਹੋ ਕੇ ਲਾਹੌਰ ਦੇ ਵਿੱਚ ਨੌਜਵਾਨ ਭਾਰਤ ਸਭਾ ਦਾ ਗਠਨ ਵੀ ਕੀਤਾ ਸੀ ਅਤੇ ਲਾਲਾ ਲਾਜਪਤ ਰਾਏ ਦੀ ਮੌਤ ਦਾ ਜਦੋਂ ਬਦਲਾ ਲੈਣ ਦੀ ਠਾਣੀ ਗਈ ਸੀ ਜਦੋਂ ਯੋਜਨਾ ਬਣਾਈ ਗਈ ਸੀ ਸਾਂਡਰਸ ਦੀ ਹੱਤਿਆ ਕਰਨ ਦੇ ਵਿੱਚ ਵੀ ਉਸੋ ਯੋਜਨਾਵਾਂ ਦੇ ਵਿੱਚ ਵੀ ਭਗਤ ਸਿੰਘ ਅਤੇ ਰਾਜਗੁਰੂ ਦਾ ਵੀ ਸਾਤ ਸੁਖਦੇਵ ਹੋਰਾਂ ਨੇ ਪੂਰਾ ਦਿੱਤਾ ਸੀ ਅਤੇ ਫਿਰ 1929 ਦੇ ਵਿੱਚ ਜੇਲ੍ਹ ਦੇ ਵਿੱਚ ਕੈਦੀਆਂ ਦੇ ਨਾਲ ਅਣਮਨੁੱਖੀ ਵਰਤਾਓ ਕੀਤਾ ਜਾਂਦਾ ਸੀ ਤੇ ਉਸ ਅਣਮਨੁੱਖੀ ਵਰਤਾਓ ਦੇ ਖਿਲਾਫ ਵੀ ਕੈਦੀਆਂ ਦੁਆਰਾ ਭੁੱਖ ਹੜਤਾਲ ਕੀਤੀ ਗਈ ਸੀ ਉਸ ਦੇ ਵਿੱਚ ਵੀ ਸਹਿਯੋਗ ਪੂਰੇ ਦਾ ਪੂਰਾ ਰਿਹਾ ਸੀ ਤੇ ਜਿਸ ਵਕਤ ਸਰਦਾਰ ਭਗਤ ਸਿੰਘ ਰਾਜਗੁਰੂ ਅਤੇ ਸੁਖਦੇਵ ਇਹਨਾਂ ਨੂੰ ਫਾਂਸੀ ਦੇ ਤਖਤੇ ਤੇ ਝੁਲਾ ਦਿੱਤਾ ਜਾਂਦਾ ਹੈ ਉਸ ਵਕਤ ਸੁਖਦੇਵ ਥਾਪਰ ਦੀ ਉਮਰ ਤਕਰੀਬਨ 24 ਵਰੇ ਸੀ ਤੇ ਅੱਜ ਇੱਕ ਵਾਰ ਫੇਰ ਤੁਹਾਨੂੰ ਸ਼ਹੀਦ ਸੁਖਦੇਵ ਦੇ ਜਨਮ ਦਿਨ ਦੀਆਂ ਲੱਖ ਲੱਖ ਮੁਬਾਰਕਾਂ ਤੇ ਹੁਣ ਗੱਲ ਕਰਦੇ ਆ ਕਿ ਪੰਜਾਬੀਆਂ ਦੇ ਖੂਨ ਚ ਸਿਆਸਤ ਹੈ ਕੈਨੇਡਾ ਦੇ ਵਿੱਚ ਭਾਵੇਂ ਲੋਕਲ ਪਾ ਮਿਊਸਪਲ ਚੋਣਾ ਹੋਣਾ ਅਸੈਂਬਲੀ ਦੀਆਂ ਚੋਣਾਂ ਹੋਣ ਜਾਂ ਫੈਡਰਲ ਚੋਣਾਂ ਹੋਣ ਸਾਡੇ ਸਾਡੇ ਭਾਈਚਾਰੇ ਦੇ ਲੋਕ ਵੱਧ ਚੜ ਕੇ ਸਿਰਫ ਵੋਟ ਹੀ ਨਹੀਂ ਪਾਉਂਦੇ ਸੋ ਕੋ ਐਮਪੀ ਐਮਐਲਏ ਜਾਂ ਕਾਉਂਸਲਰ ਜਾਂ ਮੇਅਰ ਬਣਨ ਵਾਸਤੇ ਚੋਣਾਂ ਵਿੱਚ ਵੀ ਖੜਦੇ ਆ। ਹੁਣ ਕੈਨੇਡਾ ਦਾ ਸਭ ਤੋਂ ਵੱਡਾ ਸੂਬਾ ਅਨਟੇਰੀਓ। ਅਨਟੇਰੀਓ ਦੇ ਵਿੱਚ ਸਬਾਈ ਚੋਣਾਂ ਹੋਣ ਜਾ ਰਹੀਆਂ ਨੇ ਅਤੇ ਪੰਜਾਬੀ ਮੂਲ ਦੇ ਵੀ ਉਮੀਦਵਾਰ ਇਸ ਵਕਤ ਉੱਥੇ ਮੈਦਾਨ 'ਚ ਨੇ। 2 ਜੂਨ ਨੂੰ 123 ਹਲਕਿਆਂ ਦੇ ਵਿੱਚ ਵੋਟਾਂ ਪੈਣੀਆਂ ਨੇ। ਤਿੰਨ ਵੱਡੀਆਂ ਪਾਰਟੀਆਂ ਨੇ ਉੱਥੇ ਇੱਕ ਤਾਂ ਲਿਬਰਲ ਪਾਰਟੀ ਐ, ਦੂਸਰੀ ਐਨਡੀਪੀ ਪਾਰਟੀ ਐ ਅਤੇ ਤੀਸਰੀ ਪ੍ਰੋਗਰੈਸਿਵ ਕਨਜ਼ਰਵੇਟਿਵ ਜਿਸ ਨੂੰ ਪੀਸੀ ਪਾਰਟੀ ਕਹਿੰਦੇ ਨੇ। ਇਹ ਤਿੰਨ ਵੱਡੀਆਂ ਪਾਰਟੀਆਂ ਨੇ ਅਤੇ ਤਿੰਨੋਂ ਹੀ ਪਾਰਟੀਆਂ ਦੇ ਵਿੱਚ ਤੇ ਕੁਝ ਆਜ਼ਾਦ ਉਮੀਦਵਾਰ ਵੀ ਚੋਣ ਵਿੱਚ ਉਤਰੇ ਹੋਏ ਨੇ। ਅੰਤਮ ਸੂਚੀ ਦੇ ਵਿੱਚ ਲਿਬਰਲ ਪਾਰਟੀ ਅਤੇ ਪੀਸੀ ਪਾਰਟੀ ਨੇ 6-6 ਪੰਜਾਬੀ ਉਮੀਦਵਾਰ ਮੈਦਾਨ 'ਚ ਉਤਾਰੇ ਆ। ਐਨਡੀਪੀ ਨੇ 5, ਗ੍ਰੀਨ ਪਾਰਟੀ ਨੇ 2 ਅਤੇ ਇੱਕ ਆਜ਼ਾਦ ਉਮੀਦਵਾਰ ਵੀ ਆਪਣੀ ਕਿਸਮਤ ਅਜ਼ਮਾ ਰਿਹਾ ਹੈ। ਪਰ ਇਹਨਾਂ ਵਿੱਚੋਂ ਜ਼ਿਆਦਾ ਜਿਹੜੇ ਪੰਜਾਬੀ ਨੇ ਉਹ ਟੋਰਾਂਟੋ ਦੇ ਬ੍ਰੈਂਪਟਨ ਅਤੇ ਮੀਸੀਸਾਗਾ ਉਹਨਾਂ ਹਲਕਿਆਂ ਦੇ ਵਿੱਚ ਨੇ ਤੇ 11 ਹਲਕਿਆਂ ਤੋਂ ਚੋਣ ਇਹ ਲੜ ਰਹੇ ਨੇ ਬ੍ਰੈਂਪਟਨ ਈਸ ਤੋਂ ਹਰਦੀਪ ਗਰੇਵਾਲ ਬ੍ਰੈਂਪਟਨ ਵੈਸਟ ਤੋਂ ਅਮਨਜੋਤ ਸੰਧੂ ਮਿਸਿਸਾਗਾ ਮਾਲਟਨ ਤੋਂ ਦੀਪਕ ਆਨੰਦ ਉਮੀਦਵਾਰ ਨੇ ਲੈਬਰਲ ਨੇ ਬ੍ਰੈਂਪਟਨ ਈਸ ਤੋਂ ਜਨਤ ਗਰੇਵਾਲ ਬ੍ਰੈਂਪਟਨ ਨੌਰਥ ਤੋਂ ਹਰਿੰਦਰ ਮੱਲੀ ਬ੍ਰੈਂਪਟਨ ਵੈਸਟ ਤੋਂ ਰਿਮੀ ਚੱਜ ਮਿਸਿਸਾਗਾ ਮਾਲਟਨ ਤੋਂ ਅਮਨ ਗਿੱਲ ਬ੍ਰੈਂਟਫੋਰਡ ਬ੍ਰੈਂਟ ਤੋਂ ਰੂਬੀ ਟੂਰ ਅਤੇ ਐਸੈਕਸ ਤੋਂ ਮਨਪ੍ਰੀਤ ਬਰਾਰ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਹੈ ਇਸ ਤਰ੍ਹਾਂ ਐਨਡੀਪੀ ਨੇ ਗ੍ਰੀਨ ਪਾਰਟੀ ਨੇ ਵੀ ਆਪੋ ਆਪਣੇ ਉਮੀਦਵਾਰ ਚੋਣ ਮੈਦਾਨ ਵਿੱਚ ਉਤਾਰ ਦਿੱਤੇ ਹੈ ਅਸਲ ਦੇ ਵਿੱਚ ਸਾਡਾ ਪੰਜਾਬੀ ਭਾਈਚਾਰਾ ਕਾਫੀ ਵੱਡੀ ਗਿਣਤੀ ਵਿੱਚ ਬ੍ਰੈਂਪਟਨ ਚ ਮਿਸਿਸਾਗਾ ਚ অন্ਟੇਰੀਓ ਦੇ ਇਹਨਾਂ ਹਿੱਸਿਆਂ ਵਿੱਚ ਰਹਿੰਦਾ ਹੈ ਤੇ ਉੱਥੇ ਕਿਸੇ ਉਮੀਦਵਾਰ ਨੂੰ ਜਿਤਾਉਣ ਕਿਸੇ ਉਮੀਦਵਾਰ ਨੂੰ ਹਰਾਉਣ ਦੀ ਤਾਕਤ ਰੱਖਦੇ ਨੇ ਪੰਜਾਬੀ ਲੋਕ ਦੇਖਦੇ ਆ ਕਿਆ ਚੋਣ ਲੜ ਰਹੇ ਉਮੀਦਵਾਰਾਂ ਵਿੱਚੋਂ ਕਿੰਨੇ ਜਿੱਤਣ ਦੇ ਵਿੱਚ ਕਾਮਯਾਬ ਹੁੰਦੇ ਆ ਤੇ ਅਗਲੀ ਜਿਹੜੀ ਖਬਰ ਆ ਬੀਤੇ ਕੁਝ ਕੁ ਦਿਨਾਂ ਤੋਂ ਜਿੰਨੀਆਂ ਘਟਨਾਵਾਂ ਪੰਜਾਬ ਦੇ ਵਿੱਚ ਵਾਪਰ ਰਹੀਆਂ ਨੇ ਉਹਨਾਂ ਦੇ ਤਾਰ ਵਿਦੇਸ਼ਾਂ ਦੇ ਨਾਲ ਵੀ ਜੁੜਦੇ ਜਾ ਰਹੇ ਨੇ ਹੁਣ ਖਬਰ ਇਹ ਮਿਲ ਰਹੀ ਆ ਕਿ ਵਿਦੇਸ਼ਾਂ ਦੇ ਵਿੱਚ ਬੈਠੇ ਜਿਹੜੇ ਕੁਝ ਭਾਰਤੀ ਲੋਕ ਨੇ ਜਾਂ ਜਿਹੜੇ ਭਾਰਤ ਦੇ ਵਿਰੋਧ ਦੇ ਵਿੱਚ ਸਾਜ਼ਿਸ਼ਾਂ ਰਚਣ ਵਾਲੇ ਲੋਕ ਨੇ ਉਹਨੂੰ ਭਾਰਤ ਲਿਜਾ ਕੇ ਸਜ਼ਾਵਾਂ ਦੇਣ ਵਾਸਤੇ ਇੱਕ ਯੋਜਨਾ ਉਲੀਕੀ ਜਾ ਰਹੀ ਹੈ ਇਸ ਦੇ ਵਿੱਚ ਪੁਲਿਸ ਨੇ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਭਾਵ NIA ਨਾਲ ਮਿਲ ਕੇ ਇੱਕ ਸਾਂਝੀ ਯੋਜਨਾ ਇੱਕ ਪਲਾਨ ਤਿਆਰ ਕੀਤਾ ਹੈ ਤੇ ਇਸ ਯੋਜਨਾ ਦੀ ਜਾਣਕਾਰੀ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਵੀ ਭੇਜ ਦਿੱਤੀ ਜਾਣੀ ਹੈ ਪੰਜਾਬ ਪੁਲਿਸ ਦੇ ਇੰਟੈਲੀਜੈਂਸ ਹੈੱਡਕੁਆਰਟਰ ਦੀ ਇਮਾਰਤ ਤੇ ਬੀਤੇ ਦਿਨੀ ਹਮਲਾ ਹੋ ਗਿਆ ਸੀ ਤੇ ਉਸ ਹਮਲੇ ਦੇ ਤਾਰ ਸਿੱਧੇ ਕੈਨੇਡਾ ਨਾਲ ਵੀ ਜੁੜੇ ਹੈ ਅਤੇ ਕੁਝ ਜਿਹੜੇ ਪਿਛਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਦੀਆਂ ਘਟਨਾਵਾਂ ਜਾਂ ਵਾਰਦਾਤਾਂ ਹੁੰਦੀਆਂ ਰਹੀਆਂ ਇਟਲੀ ਨਾਲ ਜਰਮਨੀ ਨਾਲ ਅਮਰੀਕਾ ਨਾਲ ਆਸਟ੍ਰੇਲੀਆ ਨਾਲ ਆਸਟਰੀਆ ਨਾਲ ਨਿਊਜ਼ੀਲੈਂਡ ਨਾਲ ਜਾਂ ਪਾਕਿਸਤਾਨ ਦੇ ਵਿੱਚ ਬੈਠੇ ਜਿਹੜੇ ਕੁਝ ਕੁ ਲੋਕ ਸੀ ਉਹਨਾਂ ਦੇ ਨਾਲ ਜੁੜਦੀਆਂ ਗਈਆਂ ਨੇ ਹੁਣ ਪਾਕਿਸਤਾਨ ਨੂੰ ਛੱਡ ਕੇ ਬਾਕੀ ਸਾਰੇ ਮੁਲਕਾਂ ਦੇ ਵਿੱਚ ਇੰਟਰਪੋਲ ਦਾ ਸਹਿਯੋਗ ਲਿਆ ਜਾਏਗਾ ਅਤਵਾਦੀਆਂ ਦੀ ਸੂਚੀ ਦੇ ਵਿੱਚ ਜਿਹੜੀ ਮੰਤਰਾਲੇ ਨੂੰ ਲਿਸਟ ਸੌਂਪੀ ਜਾ ਰਹੀ ਹੈ ਜਾਣਕਾਰੀ ਮਿਲੀ ਹੈ ਕਿ ਉਹਦੇ ਵਿੱਚ ਬੱਬਰ ਖਾਲਸਾ ਦੇ ਮੁਖੀ ਵਿਧਾਵਾ ਸਿੰਘ ਜਰਮਨੀ ਦੇ ਵਿੱਚ ਰਮੇਸ਼ ਬੱਬਰ ਕੈਨੇਡਾ ਦੇ ਵਿੱਚ ਆ ਲਖਬੀਰ ਜੀ ਦਾ ਬੀਤੇ ਦਿਨੀ ਜ਼ਿਕਰ ਹੋ ਰਿਹਾ ਹੈ ਕਿ ਰਿੰਦਾ ਦੇ ਨਾਲ ਮਿਲ ਕੇ ਲਖਬੀਰ ਨੇ ਇਸ ਯੋਜਨਾ ਨੂੰ ਅੰਜਾਮ ਦਿੱਤਾ ਸੀ ਹਰਵਿੰਦਰ ਰਿੰਦਾ ਉਹਨਾਂ ਚੋਂ ਨੇ ਲਖਬੀਰ ਰੋਡੇ ਇਹਦੇ ਨਾਲ ਨਾਲ ਗੁਰਪਤਵੰਤ ਸਿੰਘ ਪੰਨੂ ਤੇ ਕੁਝ ਹੋਰ ਨਾਮ ਸ਼ਾਮਲ ਨੇ ਜਿਨ੍ਹਾਂ ਨੂੰ ਯੋਜਨਾ ਬਣਾਈ ਜਾ ਰਹੀ ਹੈ ਕਿ ਭਾਰਤ ਹਵਾਲਗੀ ਕੀਤੀ ਜਾ ਸਕੇ ਤਾਂ ਕਿ ਉਹਨਾਂ ਦੇ ਖਿਲਾਫ ਮੁਕੱਦਮੇ ਚਲਾਏ ਜਾ ਸਕਣ ਸਜ਼ਾਵਾ ਦਿੱਤੀਆਂ ਜਾ ਸਕਣ ਪਰ ਕੀ ਸੱਚਮੁੱਚ ਜਿੰਨਾ ਇਹ ਸੁਖਾਲਾ ਸੁਣਨ ਨੂੰ ਲੱਗਦਾ ਕਿ ਇੰਨਾ ਸੁਖਾਲਾ ਹੋ ਸਕੇਗਾ ਪਰ ਭਾਰਤ ਸਰਕਾਰ ਭਾਰਤੀਆਂ ਸੁਰੱਖਿਆ ਏਜੰਸੀਆਂ ਤਰਕ ਦੇ ਰਹੀਆਂ ਨੇ ਕਿ ਜੇਕਰ ਸਾਡੇ ਮੁਲਕ ਦੇ ਖਿਲਾਫ ਕੋਈ ਵਿਦੇਸ਼ੀ ਧਰਤੀ ਤੇ ਬੈਠ ਕੇ ਸਾਜ਼ਿਸ਼ ਰਚ ਰਿਹਾ ਹੈ ਤਾਂ ਬਾਹਰਲੇ ਮੁਲਕਾਂ ਦੀਆਂ ਸਰਕਾਰਾਂ ਸਾਨੂੰ ਸਹਿਯੋਗ ਦੇਣਗੀਆਂ ਕਿਉਂਕਿ ਜੇਕਰ ਉਹਨਾਂ ਦੀ ਸਰਕਾਰ ਦੇ ਜਾਂ ਉਹਨਾਂ ਦੇ ਮੁਲਕ ਦੇ ਖਿਲਾਫ ਭਾਰਤ ਦੀ ਸਰਜ਼ਮੀ ਤੇ ਬੈਠ ਕੇ ਕੋਈ ਵਿਅਕਤੀ ਇਸ ਤਰ੍ਹਾਂ ਦੀ ਸਾਜ਼ਿਸ਼ ਘੜੇ ਤਾਂ ਉਹਨਾਂ ਨੂੰ ਕਿਸ ਤਰ੍ਹਾਂ ਦਾ ਮਹਿਸੂਸ ਹੋਏਗਾ ਵੇਖਦੇ ਹਾਂ ਕਿ ਕੀ ਜੋ ਯੋਜਨਾ ਉਲਿੱਕੀ ਜਾ ਰਹੀ ਹੈ ਉਹਦੇ ਵਿੱਚ ਕਿੰਨੀ ਕ ਕਾਮਯਾਬੀ ਮਿਲਦੀ ਹੈ ਪਰ ਆ ਸੱਚਮੁੱਚ ਬੀਤੇ ਕੁਝ ਦਿਨਾਂ ਤੋਂ ਖਬਰ ਚਰਚਾ ਦਾ ਵਿਸ਼ਾ ਹੈ ਕਿ ਪੰਜਾਬ ਸਰਕਾਰ ਸਮੇਂ-ਸਮੇਂ ਤੇ ਬਹੁਤ ਸਾਰੇ ਲੋਕਾਂ ਦੀਆਂ ਜਿਹੜੀਆਂ ਸੁਰੱਖਿਆ ਛਤਰੀਆਂ ਉਹਨਾਂ ਦੇ ਵਿੱਚ ਕਟੌਤੀ ਉਹਨਾਂ ਤੇ ਕੈਂਚੀਆਂ ਫੇਰ ਰਹੀ ਹੈ ਅਭੀਤੇ ਦਿਨੀ ਪਠੜ੍ਹ ਤੇ ਹਰਸਿਮਰ ਕੌਰ ਬਾਦਲ ਤੇ ਓਪੀ ਸੋਨੀ ਤੇ ਉਹਨਾਂ ਤੋਂ ਪਹਿਲਾਂ ਮਨਪ੍ਰੀਤ ਬਾਦਲ ਤੇ ਕਿੰਨਿਆਂ ਦੀਆਂ ਹੀ ਸੁਰੱਖਿਆ ਛਤਰੀਆਂ ਘਟਾਈਆਂ ਗਈਆਂ ਨੇ ਪਰ ਹੁਣ ਖਬਰ ਮਿਲੀ ਹੈ ਕਿ ਪੰਜਾਬ ਸਰਕਾਰ ਵੱਲੋਂ ਆਪਣੇ ਮੰਤਰੀਆਂ ਵੀ ਅਤੇ ਆਪਣੀ ਪਾਰਟੀ ਦੇ ਵ代ਕਾਂ ਤੇ ਵੀ ਨਜ਼ਰ ਰੱਖੀ ਜਾ ਰਹੀ ਹੈ ਉਹਨਾਂ ਦੇ ਸੁਰੱਖਿਆ ਵਾਹਨਾਂ ਦੇ ਖਰਚ ਤੇਲ ਕਿੰਨਾ ਫੁਕਿਆ ਕਿ ਸੱਚਮੁੱਚ ਇੰਨਾ ਫੁਕਿਆ ਹੋਣਾ ਉਹਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਇਦੇ ਤੋਂ ਇਲਾਵਾ ਪੰਜਾਬ ਸਰਕਾਰ ਦੇ ਵੱਲੋਂ ਇੱਕ ਕਫਾਇਤੀ ਮੁਹਿੰਮ ਵੀ ਚਲਾਈ ਜਾ ਰਹੀ ਹੈ ਜਿਸ ਦੇ ਤਹਿਤ ਆਖਿਆ ਜਾ ਰਿਹਾ ਕਿ ਖਰਚੇ ਘੱਟ ਕੀਤੇ ਜਾਣੇ ਹਨ ਹੁਣ ਜਿਹੜੀ ਜਾਣਕਾਰੀ ਮਿਲ ਰਹੀ ਹੈ ਉਹਦੇ ਮੁਤਾਬਕ ਵਿਧਾਇਕਾਂ ਨੂੰ ਹਰ ਮਹੀਨੇ 500 ਲੀਟਰ ਤੇਲ ਮਿਲਦਾ ਸੀ ਜਿਹੜੀ ਸਾਬਕਾ ਸਰਕਾਰ ਦੇ ਵੱਲੋਂ ਘੱਟ ਵੀ ਕਰ ਦਿੱਤਾ ਗਿਆ ਸੀ ਪਰ ਹੁਣ ਨਵੀਂ ਸਰਕਾਰ ਦੇ ਕਈ ਵਿਧਾਇਕਾਂ ਦੇ ਵੱਲੋਂ ਇਸ ਤੇਲ ਦੇ ਇੰਦਨ ਤੇ ਖਰਚ ਵਿੱਚ ਵਾਧਾ ਕਰਨ ਦੀ ਮੰਗ ਕੀਤੀ ਗਈ ਸੀ ਇਸ ਸਬੰਧੀ ਆਉਣ ਵਾਲੇ ਬਜਟ ਦੇ ਵਿੱਚ ਸਰਕਾਰ ਵੱਲੋਂ ਕੋਈ ਨਵਾਂ ਫੈਸਲਾ ਕੀਤੇ ਜਾਣ ਦੀ ਸੰਭਾਵਨਾ ਹੈ ਤੇ ਸੰਸਦੀ ਕਾਰਜ ਵਿਭਾਗ ਨੇ ਇੱਕ ਪੱਤਰ ਜਾਰੀ ਕਰਦੇ ਹੋਏ ਵਿਧਾਇਕਾਂ ਤੇ ਮੰਤਰੀਆਂ ਦੇ ਨਿੱਜੀ ਸੁਰੱਖਿਆ ਵਾਹਨਾਂ ਦੇ ਖਰਚ ਦਾ ਵਿਉਰਾ ਮੰਗਿਆ ਹੈ ਇਹ ਵੀ ਕਿਹਾ ਜਾ ਰਿਹਾ ਹੈ ਕਿ ਜ਼ਿਆਦਾਤਰ ਵਿਧਾਇਕਾਂ ਨੇ ਸ਼ਿਕਾਇਤ ਕੀਤੀ ਹੈ ਕਿ ਉਹਨਾਂ ਨੂੰ ਪੁਰਾਣੀਆਂ ਗੱਡੀਆਂ ਦਿੱਤੀਆਂ ਹੋਈਆਂ ਨੇ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਹ ਸਾਫ਼ ਕਰ ਦਿੱਤਾ ਕਿ ਇਸ ਵਕਤਾਂ ਨਾ ਉਹਨਾਂ ਕੋਲ ਪੈਸਾ ਢੇਲਾ ਹੈ ਤੇ ਨਾ ਉਹਨਾਂ ਨੇ ਨਵੀਆਂ ਗੱਡੀਆਂ ਦੀ ਕੋਈ ਖਰੀਦ ਕਰਨੀ ਹੈ ਪਰ ਹਾਂ ਉਹਨਾਂ ਨੂੰ ਖਰਚੇ ਘਟਾਉਣ ਵਾਸਤੇ ਜ਼ਰੂਰ ਆਖਿਆ ਜਾ ਰਿਹਾ ਹੈ ਕਿ ਪਹਿਲੇ ਜੋ ਵੀ ਕਰਦੇ ਰਹੇ ਕਰ ਗਏ ਪਰ ਅਸੀਂ ਉਹ ਕੁਝ ਨਹੀਂ ਕਰਨਾ ਹੁਣ ਵੇਖਦੇ ਆਂ ਕਿ ਜਾਂਚ ਪੜਤਾਲ ਦੇ ਵਿੱਚੋਂ ਕੀ ਸਭ ਕੁਝ ਸਹੀ ਆਉਂਦਾ ਜਾਂ ਫਿਰ ਊਣ ਤਾਈਆਂ ਪਾਈਆਂ ਜਾਂਦੀਆਂ ਨੇ ਪਰ ਆ ਸੱਚਮੁੱਚ ਅੱਗੇ ਚੱਲ ਕੇ ਤੁਹਾਡੇ ਨਾਲ ਜ਼ਿਕਰ ਵੀ ਕਰਦਾ ਮੈਂ ਕਿ ਅਸਲ ਦੇ ਵਿੱਚ ਪੰਜਾਬ ਸਰਕਾਰ ਕਿੰਨਾ ਕੁ ਕਰਜ਼ਾ ਚੁੱਕ ਰਹੀ ਹੈ ਜੇ ਗੱਡੀਆਂ ਪੁਰਾਣੀਆਂ ਨੇ ਭਾਈ ਕਹਿੰਦੇ ਪੁਰਾਣੀਆਂ ਨਾਲ ਸਾਰੋ ਸਾਡੇ ਕੋਲ ਖਜ਼ਾਨੇ 'ਚ ਕੋਈ ਪੈਸਾ ਨਹੀਂ ਕਿ ਤੁਹਾਨੂੰ ਗੱਡੀਆਂ ਨਵੀਆਂ ਲੈ ਦਈਏ ਪਰ ਸਿਆਸਤਦਾਨਾਂ ਦੇ ਉੱਤੇ ਤੁਸੀਂ ਦੇਖੋ ਭਾਵੇਂ ਗੱਡੀਆਂ ਨੇ ਭਾਵੇਂ ਸੁਰੱਖਿਆ ਛਾਤਰੀਆ ਨਜ਼ਰ ਰੱਖੀ ਜਾ ਰਹੀ ਹੈ ਆ ਨਸ਼ੇ ਵੀ ਪੰਜਾਬ ਦੇ ਵਿੱਚ ਇੱਕ ਵੱਡਾ ਮੁੱਦਾ ਨੇ ਬੀਤੇ ਦਿਨੀ ਪੰਜਾਬ ਦੇ ਮੁੱਖ ਮੰਤਰੀ ਨੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਮੁਖੀ ਅਤੇ ਡੀਸੀ ਸਹਿਬਾਨਾਂ ਦੇ ਨਾਲ ਮੁਲਾਕਾਤ ਕੀਤੀ ਸੀ ਤੇ ਹੁਣ ਖਬਰ ਮਿਲ ਰਹੀ ਹੈ ਕਿ ਉਚੇਚੇ ਤੌਰ ਤੇ ਆਖ ਦਿੱਤਾ ਕਿ ਸਖਤੀ ਕਰੋ ਇੱਕ ਪਾਸੇ ਅਧਿਕਾਰੀ ਹੁਣ ਸਹਿਮ ਗਏ ਆ ਦੂਸਰੇ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਖਿਆ ਕਿ ਨਜ਼ਰਾਂ ਨਸ਼ਿਆਂ ਦੇ ਸਮਗਲਰਾਂ ਦੇ ਨਾਲ ਨਾਲ ਕੱਲੀਆਂ ਸਮਗਲਰਾਂ ਤੇ ਨਹੀਂ ਸਿਆਸਤਦਾਨਾਂ ਤੇ ਵੀ ਰੱਖਿਓ ਕਿ ਕਿਤੇ ਸਮਗਲਰ ਸਿਆਸਤਦਾਨਾਂ ਦੀ ਸ਼ੈ ਦੇ ਨਾਲ ਉਹਨਾਂ ਦੀ ਮਿਲੀਭੁਗਤ ਦੇ ਨਾਲ ਤਾਂ ਨਹੀਂ ਆ ਕੰਮ ਕਰ ਰਹੇ ਕਿਉਂਕਿ ਡੀਸੀ ਸਾਹਿਬਾਨਾਂ ਨੂੰ ਸਾਰੇ ਐਸਐਸਪੀਜ਼ ਨੂੰ ਜਦੋਂ ਮੁਲਾਕਾਤ ਕਰ ਰਹੇ ਸੀ ਉਹਨਾਂ ਦੇ ਨਾਲ ਗੱਲਾਂ ਬਾਤਾਂ ਕਰ ਰਹੇ ਸੀ ਉੱਚ ਪੱਧਰੀ ਮੀਟਿੰਗ ਦੇ ਵਿੱਚ ਜਿਸ ਦੇ ਵਿੱਚ ਪੰਜਾਬ ਦੇ ਡੀਜੀਪੀ ਵੀ ਸੀ ਹੋਰ ਉੱਚ ਪੁਲਿਸ ਅਧਿਕਾਰੀ ਵੀ ਮੌਜੂਦ ਸੀ ਉੱਥੇ ਕਹਿੰਦੇ ਸਪਸ਼ਟ ਤੌਰ ਤੇ ਕਹਿ ਦਿੱਤਾ ਗੱਲਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਕਿ ਨਸ਼ਿਆਂ ਦੀ ਵਿਕਰੀ ਹਰ ਹਾਲਤ ਚ ਰੁਕਣੀ ਚਾਹੀਦੀ ਹੈ ਪਰ ਜੇ ਰੋਕਣੀ ਚਾਹੁੰਦੇ ਹੋ ਕਹਿੰਦੇ ਜਿਹੜਾ ਵੀ ਰਸਤੇ 'ਚ ਆਇਆ ਉਹ ਭਾਵੇਂ ਕਿੱਡਾ ਵੱਡਾ ਮਰਜੀ ਸਿਆਸਤਾਂ ਦਾ ਹੋਇਆ ਕਿਸੇ ਕੀਮਤ ਤੇ ਸਹਿਣ ਨਹੀਂ ਕਰਨਾ ਚੁੱਕ ਦਿਓ ਫੱਟੇ ਹੁਣ ਆਹ ਗੱਲ ਸੱਚਮੁੱਚ ਬਹੁਤ ਵੱਡੀ ਆਖ ਦਿੱਤੀ ਕਿ ਕੋਈ ਵੀ ਹੋਇਆ ਭਾਵੇਂ ਸਾਡੀ ਪਾਰਟੀ ਦਾ ਕੋਈ ਵਿਧਾਇਕ ਹੋਇਆ ਭਾਵੇਂ ਕਿਸਤਾ ਹੋਰ ਹੋਇਆ ਭਾਵੇਂ ਕੋਈ ਮੰਤਰੀ ਤੱਕ ਕਿਉਂ ਨਾ ਹੋਇਆ ਭਾਵੇਂ ਕੋਈ ਪੁਰਾਣਾ ਵੱਡੇ ਤੋਂ ਵੱਡਾ ਸਿਆਸਤਦਾਨ ਕਿਉਂ ਨਾ ਹੋਇਆ ਮੁੱਖ ਮੰਤਰੀ ਨੇ ਕਿ ਆਖਿਆ ਕਿ ਹਰ ਮਹੀਨੇ ਡੀਜੀਪੀ ਅਤੇ ਹੋਰ ਉੱਚ ਜਿਹੜੇ ਪੁਲਿਸ ਅਧਿਕਾਰੀ ਨੇ ਉਹਨਾਂ ਦੇ ਵੱਲੋਂ ਸਮੀਖਿਆ ਮੈਂ ਲਿਆ ਕਰਨੀ ਹੈ ਕਿ ਤੁਸੀਂ ਕੀ ਕੀਤਾ ਨਸ਼ਿਆਂ ਵਾਲੀ ਸਪਲਾਈ ਚੇਨ ਨੂੰ ਤੋੜਨ ਦੇ ਵਾਸਤੇ ਤੁਸੀਂ ਕੀ ਕੀ ਕੀਤਾ ਤੇ ਕੀ ਕੀ ਉਹਦੇ ਨਤੀਜੇ ਨਿਕਲੇ ਮੈਨੂੰ ਲੱਗਦਾ ਸੱਚਮੁੱਚ ਇਹ ਜਵਾਬਦੇਹੀ ਬੜੀ ਲਾਜ਼ਮੀ ਹੈ ਤੇ ਉਹਨਾਂ ਨੇ ਇਹ ਵੀ ਆਖਿਆ ਕਿ ਸਪਲਾਈ ਚੇਨ ਤੋੜਨ ਦੇ ਲਈ ਨਸ਼ਾ ਜਿਹੜੇ ਤਸਕਰ ਨੇ ਉਹਨਾਂ ਦੀਆਂ ਜਾਇਦਾਦਾਂ ਜ਼ਬਤ ਵੀ ਕੀਤੀਆਂ ਜਾਣ ਕੋਈ ਸਮੱਸਿਆ ਨਹੀਂ ਜ਼ਬਤ ਕਰੋ ਹੁਣ ਇਹਦੇ ਵਾਸਤੇ ਪੁਲਿਸ ਤੇ ਵੀ ਦਬਾਅ ਬਣਿਆ ਰਹੂ ਤੇ ਕਾਰਗੁਜ਼ਾਰੀ ਕੀ ਕੀਤੀ ਮਹੀਨੇ ਚ ਕੀ ਕੀਤਾ ਉਹ ਮੁੱਖ ਮੰਤਰੀ ਨੇ ਰਿਪੋਰਟ ਵੀ ਉਹਨਾਂ ਤੋਂ ਲੈਣੀ ਹੈ ਤੇ ਨਾਲ ਹੀ ਉਹਨਾਂ ਨੇ ਆਖਿਆ ਕਿ ਨਸ਼ਾ ਸਮਗਲਰਾਂ ਦੇ ਖਿਲਾਫ ਕਾਰਵਾਈ ਵੀ ਕਰੋ ਤੇ ਪੁਲਿਸ ਨੂੰ ਖੁੱਲੀ ਛੋਟ ਹੈ ਪਰ ਦੂਸਰੇ ਪਾਸੇ ਜਿਹੜੇ ਸੱਤਾਧਾਰੀ ਭਾਵੇਂ ਨੇ ਭਾਵੇਂ ਹੋਰ ਸਿਆਸਤਦਾਨ ਨੇ ਉਹਨਾਂ ਤੇ ਵੀ ਦਬਾਅ ਬਣਿਆ ਰਹਿਣਾ ਹੈ ਜੇਕਰ ਨਸ਼ਿਆਂ ਦੀ ਵਿਕਰੀ ਉਹਨਾਂ ਦੇ ਹਲਕੇ 'ਚ ਹੁੰਦੀ ਰਹੀ ਜੇ ਕਿਸੇ ਸਿਆਸਤਦਾਨ ਦਾ ਨਾਮ ਜਾਂ ਹੱਥ ਸਾਹਮਣੇ ਆ ਗਿਆ ਭਾਵੇਂ ਉਹ ਸੱਤਾਧਾਰੀ ਹੋਣ ਭਾਵੇਂ ਵਿਰੋਧੀ ਹੋਣ ਇੱਕ ਕਿਸਮ ਦੇ ਸੰਕੇਤ ਦੇ ਦਿੱਤੇ ਨੇ ਕਿ ਸਮਗਲਰਾਂ ਨਸ਼ਾ ਤਸਕਰਾਂ ਦਾ ਜੇਕਰ ਕੋਈ ਵੀ ਸਹਿਯੋਗ ਕਰੇਗਾ ਬਖਸ਼ਿਆ ਨਹੀਂ ਜਾਣਾ ਇਹਦੇ ਕਰਕੇ ਖਬਰਾਂ ਵਾਲ ਰਹੀਆਂ ਨੇ ਕਿ ਕੁਝ ਕੁ ਤਸਕਰ ਵੀ ਡਰ ਗਏ ਨੇ ਕਿਉਂਕਿ ਉਹ ਪੁਲਿਸ ਦੇ ਵੱਡੇ ਅਫਸਰਾਂ ਅਤੇ ਸਿਆਸਤਦਾਨਾਂ ਦੀ ਸ਼ਹਿਤੋ ਬਗਾਇਰੇ ਕੰਮ ਨਹੀਂ ਸੀ ਕਰ ਸਕ ਰਹੇ ਤੇ ਹੁਣ ਜਦੋਂ ਸੁਨੇਹਾ ਹੀ ਆ ਗਿਆ ਕਿ ਛੱਡਿਓ ਕਿਸੇ ਨੂੰ ਨਾ ਦਰਤ ਵੀ ਨੇ ਦਬਾਤ ਵੀ ਨੇ ਵੇਖਦਿਆਂ ਕਿ ਸ਼ਾਇਦ ਇਹਦੇ ਸਾਰਥਕ ਨਤੀਜੇ ਨਿਕਲਣ ਪਰ ਆਹ ਜਿਹੜੀ ਮੈਂ ਗੱਲ ਦਾ ਜ਼ਿਕਰ ਕਰ ਰਿਹਾ ਸੀ ਕਿ ਨਵੀਆਂ ਗੱਡੀਆਂ ਨਹੀਂ ਭਈ ਲੈ ਕੇ ਦਿੱਤੀਆਂ ਜਾਣੀਆਂ ਸੁਰੱਖਿਆ ਛਤਰੀ ਘਟਾਉਣੀਆਂ ਪਊਗੀ ਕਿਉਂਕਿ ਇਹ ਪੰਜਾਬ ਸਰਕਾਰ ਨੇ ਨਾ ਆ 2 ਮਹੀਨਿਆਂ ਦੇ ਵਿੱਚ ਵਿੱਚ 8000 ਕਰੋੜ ਰੁਪਏ ਦਾ ਕਰਜ਼ ਚੁੱਕ ਲਿਆ ਜਿਹੜੀ ਜਾਣਕਾਰੀ ਮਿਲ ਰਹੀ ਹੈ ਕਿ ਠੀਕ ਹੈ 2 ਕੁ ਮਹੀਨੇ ਪਹਿਲਾਂ ਸੱਤਾ ਚ ਆਈ ਹੈ ਸਰਕਾਰ 10 ਮਾਰਚ 2022 ਨੂੰ 1500 ਕਰੋੜ ਰੁਪਏ ਦੇ ਕਰਜ਼ੇ ਨਾਲ ਇਹਨਾਂ ਨੇ ਸ਼ੁਰੂਆਤ ਕੀਤੀ ਸੀ। ਫਿਰ 17 ਮਾਰਚ ਨੂੰ ਫਿਰ ਤੋਂ 1500 ਕਰੋੜ ਰੁਪਈਆ ਕਰਜ਼ਾ ਚੁੱਕਿਆ ਗਿਆ। 24 ਮਾਰਚ ਨੂੰ 2500 ਕਰੋੜ ਰੁਪਏ ਦਾ ਫਿਰ ਕਰਜ਼ਾ ਚੁੱਕਿਆ ਗਿਆ। ਭਾਵੇਂ ਪਹਿਲੇ ਮਹੀਨੇ ਦੇ ਵਿੱਚ ਹੀ ਸਰਕਾਰ ਨੇ ਤਕਰੀਬਨ 5500 ਕਰੋੜ ਰੁਪਏ ਦਾ ਕਰਜ਼ਾ ਚੁੱਕ ਲਿਆ। ਉਹਦੇ ਤੋਂ ਬਾਅਦ ਬੀਤੀ 27 ਤਰੀਕ ਨੂੰ 27 ਅਪ੍ਰੈਲ ਨੂੰ ਫਿਰ 1500 ਕਰੋੜ 4 ਮਈ ਨੂੰ 1000 ਕਰੋੜ ਦਾ ਕਰਜ਼ਾ ਚੁੱਕ ਲਿਆ ਗਿਆ ਤੇ ਕੁੱਲ ਮਿਲਾ ਕੇ 7.84 ਸਾਲਾਨਾ ਵਿਆਜ ਦੀ ਦਰ ਤੇ ਆ ਸਾਰਾ ਕਰਜ਼ ਚੁੱਕਿਆ ਗਿਆ ਹੈ ਇਹ ਵੀ ਪਤਾ ਲੱਗਿਆ ਹੈ ਕਿ ਲੰਘੇ ਵਿੱਤੀ ਬਰੇ ਦੇ ਵਿੱਚ ਪਿਛਲੀ ਸਰਕਾਰ ਨੇ 25872 ਕਰੋੜ ਦਾ ਕਰਜ਼ ਚੁੱਕਿਆ ਸੀ ਜੋ ਕਿ ਔਸਤਨ ਮਹੀਨੇ ਦਾ ਤਕਰੀਬਨ 2 ਕੁਹਜ਼ਾਰ ਕਰੋੜ ਬਣਦਾ ਸੀ ਪਰ ਭਗਵੰਤਮਾਨ ਦੀ ਸਰਕਾਰ ਦੇ ਵੱਲੋਂ ਖਰਚਾ ਚੁੱਕਣ ਦੀ ਰਫ਼ਤਾਰ ਤਕਰੀਬਨ ਦੁੱਗਣੀ ਹੈ ਸਰਕਾਰ ਦੇ ਵੱਲੋਂ ਆਪਣੇ ਪਹਿਲੇ 2 ਮਹੀਨਿਆਂ ਦੇ ਵਿੱਚ ਹੀ ਔਸਤਨ ਪ੍ਰਤੀ ਮਹੀਨਾ 4000 ਕਰੋੜ ਦਾ ਕਰਜ਼ਾ ਚੁੱਕਿਆ ਗਿਆ ਤੇ ਜੇਕਰ ਸਰਕਾਰ ਦੇ ਵੱਲੋਂ ਕਰਜ਼ਾ ਚੁੱਕਣ ਦੀ ਰਫ਼ਤਾਰ ਇਹੋ ਹੀ ਰਹੀ ਤਾਂ ਵਿੱਤੀ ਸਾਲ ਦੀ ਆਖਰੀ ਤਮਾਹੀ ਸ਼ੁਰੂ ਹੋਣ ਤੋਂ ਪਹਿਲਾਂ ਪਹਿਲਾਂ ਹੀ ਇੱਕ ਹੱਦ ਹੁੰਦੀ ਹੈ ਇੱਕ ਲਿਮਟ ਹੁੰਦੀ ਹੈ ਕਿ ਇੰਨਾ ਕਰਜ਼ਾ ਚੁੱਕਿਆ ਜਾ ਸਕਦਾ ਉਹ ਤਮਾਹੀ ਆਖਰੀ ਸ਼ੁਰੂ ਹੋਣ ਤੋਂ ਪਹਿਲਾਂ ਪਹਿਲਾਂ ਲਿਮਟ ਸਮਾਪਤ ਹੋ ਜਾਊਗੀ ਇੱਥੇ ਇਹ ਵੀ ਦੱਸਣਾ ਬਣਦਾ ਕਿ ਜੁਲਾਈ 2022 ਤੋਂ ਪੰਜਾਬ ਸਰਕਾਰ ਨੂੰ ਜੀਐਸਟੀ ਦੀ ਭਰਪਾਈ ਵਜੋਂ ਹਰ ਮਹੀਨੇ ਕੇਂਦਰ ਤੋਂ ਮਿਲ ਰਹੀ 1800 ਕਰੋੜ ਰੁਪਏ ਦੀ ਰਾਹਤ ਵੀ ਬੰਦ ਹੋ ਰਹੀ ਹੈ। ਕਿਉਂ? ਜਦੋਂ ਕਿ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕੋਈ ਨਵਾਂ ਟੈਕਸ ਨਾ ਲਗਾਉਣ ਦਾ ਵੀ ਭਰੋਸਾ ਪੰਜਾਬ ਦੇ ਲੋਕਾਂ ਨੂੰ ਦਿੱਤਾ ਹੈ। ਹੁਣ ਦੇਖਣਾ ਹੋਊ ਕਿ ਓਧਰਲੇ ਪਾਸੇ ਸੂਬਾ ਸਰਕਾਰ ਨੂੰ GST ਦੀ ਰਾਹਤ ਪਰ ਭਾਈ ਕਿਵੇਂ ਹੋਊਗੀ? ਪੰਜਾਬ ਦੇ ਲੋਕਾਂ ਨੂੰ ਬਿਜਲੀ ਸਬਸਿਡੀ ਵੀ ਦੇਣੀ ਆ ਉਹ ਵੀ ਪੰਡ ਦਿਨੋ ਦਿਨ ਭਾਰੀ ਹੁੰਦੀ ਜਾ ਰਹੀ ਹੈ। ਤੇ 1000 ਰੁਪਏ ਵਾਲੇ ਬਾਰੇ ਵੀ ਲੋਕ ਅੰਗੂਠਾ ਗਾਲਚ ਦੇਣ ਲੱਗ ਪਏ ਕਿ ਦਿਓ ਹਰ ਮਹੀਨੇ। ਤੇ ਪੰਜਾਬ ਦੇ ਸਿਰ ਜਿਕਰੇ ਕਰਦੇ ਦੀ ਪੰਡ ਵਾਧੀ ਗਈ ਤਾਂ ਕਿ ਸਰਕਾਰ ਪੈਰੀਂ ਸਰੀਂ ਕਦੇ ਆਜੂਗੀ ਕਿ ਕਰਜ਼ਾ ਪੁਰਾਣਾ ਲਾ ਦੂਗੀ ਵਿੱਤੀ ਸੰਕਟ ਦੇ ਵਿੱਚ ਫਸਣ ਦੇ ਨਾਲ ਕੀ ਮੁਲਾਜ਼ਮਾਂ ਦੀਆਂ ਤਨਖਾਹਾਂ ਦਿੱਤੀਆਂ ਜਾਣਗੀਆਂ ਕਿ ਪੈਨਸ਼ਨਾਂ ਦਿੱਤੀਆਂ ਜਾਣਗੀਆਂ ਕਿ ਸੂਬਾ ਵਿਕਾਸ ਦੀ ਰਾਹ ਤੇ ਪੈ ਜਾਊਗਾ ਇਹ ਬਹੁਤ ਸਾਰੇ ਸਵਾਲ ਨੇ ਪਰ ਦੂਸਰੇ ਪਾਸੇ ਸਰਕਾਰ ਦੇ ਸੂਤਰ ਇਹ ਕਹਿੰਦੇ ਆ ਕਿ ਅਸੀਂ ਪੈਨਸ਼ਨਾਂ ਵੀ ਦੇਣੀਆਂ ਨੇ ਅਸੀਂ ਸਕੀਮਾਂ ਵੀ ਚਲਦੀਆਂ ਰੱਖਣੀਆਂ ਨੇ ਪਿਛਲੀ ਸਰਕਾਰ ਨੇ ਬਿਲਕੁਲ ਕੰਗਾ ਕਰ ਦਿੱਤਾ ਇਸ ਕਰਕੇ ਕਰਜ਼ਾ ਚੁੱਕ ਰਹੇ ਆ ਉਹ ਕਿਹਦੇ ਕੋਈ ਵੀ ਬੰਦਾ ਜਦੋਂ ਕੋਈ ਘਰ ਦਾ ਕੰਮ ਕਰਦਾ ਕਰਜ਼ਾ ਉਹ ਵੀ ਚੁੱਕਦਾ ਪਰ ਇਹ ਪਤਾ ਹੋਵੇ ਕਿ ਅਸੀਂ ਇਸ ਕਰਜ਼ੇ ਨੂੰ ਮੋੜ ਦੇਾਂਗੇ ਤੇ ਉਹਦੇ ਵਾਸਤੇ ਸਾਨੂੰ ਡਬਲ ਮਿਹਨਤਾਂ ਕਰਨੀਆਂ ਪੈਂਦੀਆਂ ਨੇ ਸਾਨੂੰ ਇਮਾਨਦਾਰੀ ਦੀ ਨੀਤੀ ਅਪਣਾਉਣੀ ਪੈਗੀ ਵੇਖਦੇ ਆ ਕਹਿੰਦੇ ਸੀ ਕਿ ਨਜਾਇਜ਼ ਜ਼ਮੀਨਾਂ ਨੂੰ ਬੰਦ ਕਰਦਿਆਂ ਕਿ ਕਹਿੰਦੇ 6 ਮਹੀਨੇ ਚ ਨਵੀਂ ਪਾਲਿਸੀ ਆਜੂ ਕਿ ਉਹਦੇ ਵਿੱਚੋਂ ਖਜ਼ਾਨੇ 'ਚ ਕੀ ਪੈਂਦਾ ਆ ਨਜਾਇਜ਼ ਜ਼ਮੀਨਾਂ ਛੁੜਾ ਕੇ ਉਹਦੇ ਵਿੱਚੋਂ ਖਜ਼ਾਨੇ 'ਚ ਕੀ ਪੈਂਦਾ ਤੇ ਹੋਰ ਨਵੀਆਂ ਨੀਤੀਆਂ ਸਰਕਾਰ ਰੇਵਨਿਊ ਜਨਰੇਟ ਕਰਨ ਦੇ ਵਾਸਤੇ 6 ਕੁ ਮਹੀਨੇ ਬਾਅਦ ਪਤਾ ਲੱਗਣ ਲੱਗ ਜੂ ਕਿ ਕੋਈ ਨਵੀਆਂ ਪਾਲਿਸੀਆਂ ਆਈਆਂ ਨੇ ਪਰ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਸਰਕਾਰ ਨੂੰ ਆਪਣੇ ਖਰਚ ਚਲਾਉਣ ਦੇ ਵਾਸਤੇ ਕਰਜ਼ਾ ਤਾਂ ਚੁਕਣਾ ਪਏਗਾ ਪਰ ਕੀ ਇਹ 5 ਸਾਲ ਇਸ ਰਫ਼ਤਾਰ ਨਾਲ ਕੰਮ ਚੱਲੂ ਜਾਂ ਗੱਡੀ ਨੂੰ ਲਈ ਤੇ ਚਾੜ ਲੈਣਗੇ ਤੇ ਆ ਅਗਲੀ ਜਿਹੜੀ ਵੱਡੀ ਖਬਰ ਹੈ ਕਿ ਸੁਖਪਾਲ ਖੈਰਾ ਹੋਰਾਂ ਨੇ ਇੱਕ ਵੱਡਾ ਸਿਆਸੀ ਧੁਮਾਕਾ ਕੀਤਾ ਹੈ ਸੁਖਪਾਲ ਖਹਿਰਾ ਹੋਰਾਂ ਨੇ ਜਲੰਧਰ ਦੇ ਪ੍ਰੈਸ ਕਲੱਬ ਦੇ ਵਿੱਚ ਇੱਕ ਪ੍ਰੈਸ ਕਾਨਫਰੈਂਸ ਕੀਤੀ ਤੇ ਇਸ ਪ੍ਰੈਸ ਕਾਨਫਰੈਂਸ ਦੇ ਵਿੱਚ ਸੁਖਪਾਲ ਖਹਿਰਾ ਹੋਰਾਂ ਨੇ ਮੁਹਾਲੀ ਦੇ ਵਿੱਚ ਜਿਹੜੇ ਖੋਫੀਆ ਵਿਭਾਗ ਦੇ ਹੈੱਡਕੁਆਟਰ ਤੇ ਹਮਲਾ ਹੋਇਆ ਸੀ ਜਾਂ ਉਹਦੇ ਤੋਂ ਪਹਿਲਾਂ ਪਟਿਆਲਾ ਦੇ ਵਿੱਚ ਹਿੰਸਕ ਝੜਪਾਂ ਹੋਈਆਂ ਸੀ ਉਸ ਚੀਜ਼ ਨੂੰ ਆਧਾਰ ਬਣਾਇਆ ਤੇ ਪੰਜਾਬ ਸਰਕਾਰ ਤੇ ਤਿੱਖੇ ਨਿਸ਼ਾਨੇ ਵਿੰਨੇ ਤੇ ਨਾਲ ਹੀ ਬੀਤੇ ਦਿਨੀ ਕਪੂਰਥਲਾ ਦਾ ਜਿਹੜਾ ਇੱਕ ਪਿੰਡ ਹੈ ਨਿਜਾਮਪੁਰ ਉਹਦੇ ਚ ਇੱਕ ਕਤਲ ਹੋ ਗਿਆ ਸੀ ਮੈਂ ਬੀਤੇ ਦਿਨੀ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਸੀ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਇੱਕ 15-16 ਵਰਿਆਂ ਦਾ ਨੌਜਵਾਨ ਆ ਗਿਆ ਸੀ ਤੇ ਉਸ ਕੇਸ ਦੇ ਵਿੱਚ ਨਾਮਜ਼ਦ ਕਰ ਲਿਆ ਸੀ ਬਰਜਿੰਦਰ ਸਿੰਘ ਪਰਵਾਨਾ ਨੂੰ ਉਸ ਕੇਸ ਨੂੰ ਲੈ ਕੇ ਵੀ ਤਿੱਖੇ ਸਵਾਲ ਕੀਤੇ ਨੇ ਤੇ ਉਹਨਾਂ ਨੇ ਇਹ ਆਖਿਆ ਕਿ ਪੰਜਾਬ ਸਰਕਾਰ ਵਾਈਟ ਪੇਪਰ ਜਾਰੀ ਕਰੇ ਪਟਿਆਲਾ ਛੜਪ ਦੇ ਵਾਸਤੇ ਉਹ ਕਹਿੰਦੇ ਪੰਜਾਬ ਪੁਲਿਸ ਦੇ ਵੱਲੋਂ ਮੁੱਖ ਮਲਜ਼ੂਮ ਦੇ ਤੌਰ ਤੇ ਫੜਿਆ ਗਿਆ ਵਰਜਿੰਦਰ ਪਰਵਾਨਾ ਉਹਨਾਂ ਦੀ ਪਤਨੀ ਰਮਨਦੀਪ ਕੌਰ ਵੀ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਸੁਖਪਾਲ ਖੈਰਾ ਹੋਰਾਂ ਦੇ ਨਾਲ ਮੌਜੂਦ ਸਨ ਉਹਨਾਂ ਵੱਲੋਂ ਵੀ ਜਾਂਚ ਦੀ ਮੰਗ ਕੀਤੀ ਗਈ ਹੈ ਸੁਖਪਾਲ ਖੈਰਾ ਹੋਰੀ ਆਖ ਰਹੇ ਸੀ ਕਿ ਪਟਿਆਲਾ ਚ ਭਾਵੇਂ ਹਿੱਸਾ ਹੋਈ ਭਾਵੇਂ ਮੁਹਾਲੀ ਦੇ ਵਿੱਚ ਇੰਟੈਲੀਜੈਂਸ ਹੈੱਡ ਕੁਆਰਟਰ ਤੇ ਹਮਲਾ ਹੋਇਆ ਇਹ ਘਟਨਾਮਾ ਮੰਦ ਭਾਕੀਆਂ ਨੇ ਨਿੰਦਣਯੋਗ ਨੇ ਪਰ ਉਹਨਾਂ ਨੇ ਜਿਹੜੇ ਸਵਾਲ ਖੜੇ ਕੀਤੇ ਉਹ ਸਤਿਮੁਤ ਮਹੱਤਵਪੂਰਨ ਹੈ ਉਹ ਕਹਿੰਦੇ ਪਹਿਲਾਂ ਤਾਂ ਬਿਹਾਰੀ ਦੇ ਵਿੱਚ ਖੁਫੀਆ ਵਿਭਾਗ ਦੇ ਹੈੱਡਕੁਆਰਟਰ ਤੇ ਬਿਲਡਿੰਗ ਦੇ ਉੱਤੇ ਹਮਲਾ ਹੋਣਾ ਬਹੁਤ ਜ਼ਿਆਦਾ ਮੰਦਭਾਗ ਹੈ ਕਿਉਂਕਿ ਉਸ ਬਿਲਡਿੰਗ ਨੂੰ ਸਭ ਤੋਂ ਸਿਕਿਉਰ ਬਿਲਡਿੰਗ ਮੰਨਿਆ ਜਾਂਦਾ ਹੈ ਉਹ ਕਹਿੰਦੇ ਜੇਕਰ ਹੈੱਡਕੁਆਟਰ ਹੀ ਮਹਿਫੂਜ਼ ਨਹੀਂ ਹੈੱਡਕੁਆਟਰ ਦੀ ਸੁਰੱਖਿਆ ਨਹੀਂ ਕੀਤੀ ਜਾ ਸਕਦੀ ਜੇ ਉਹਦੀ ਉਹ ਖੁਫੀਆ ਜਾਣਕਾਰੀ ਕੋਲ ਕੋਈ ਹੈ ਨਹੀਂ ਉਹਨਾਂ ਦੇ ਤਾਂ ਫਿਰ ਕਿਹੜੀ ਥਾਂ ਸੁਰੱਖਿਅਤ ਹੋਏਗੀ ਇਸੇ ਤਰ੍ਹਾਂ ਉਹ ਕਹਿੰਦੇ ਪਟਿਆਲਾ ਦੇ ਵਿੱਚ ਦੋ ਧਿਰਾਂ ਆਪਸ ਦੇ ਵਿੱਚ ਟਕਰਾਂਦੀਆਂ ਨੇ ਉਹਨੂੰ ਲੈ ਕੇ ਹੀ ਬਰਜਿੰਦਰ ਪਰਵਾਨਾ ਨੂੰ ਮੁੱਖ ਮੋਲਜਮ ਦੇ ਤੌਰ ਤੇ ਪੇਸ਼ ਕੀਤਾ ਗਿਆ ਨਾਮਜ਼ਦ ਕੀਤਾ ਗਿਆ ਤੇ ਨਾਲ ਹੀ ਉਹ ਕਹਿੰਦੇ ਕਪੂਰਥਲਾ ਵਾਲਾ ਹਲਕਾ ਜਿੱਥੇ ਨizampur ਦੇ ਵਿੱਚ ਇੱਕ ਗੁਰਦੁਆਰਾ ਸਾਹਿਬ 'ਚ ਘਟਨਾ ਵਾਪਰਦੀ ਹੈ 8 ਮਹੀਨਿਆਂ ਤੋਂ ਬਾਅਦ ਪੂਰੇ ਤਕਰੀਬਨ 8 ਮਹੀਨਿਆਂ ਤੋਂ ਬਾਅਦ ਪਰਵਾਨਾ ਨੂੰ ਉਹਦੇ ਵਿੱਚ ਵੀ ਨਾਮਜ਼ਦ ਕੀਤਾ ਗਿਆ ਤੇ ਸਵਾਲ ਉਹਨਾਂ ਨੇ ਇੱਥੇ ਖੜਾ ਕੀਤਾ ਹੈ ਕਿ ਫਿਰ ਕੀ ਪੰਜਾਬ ਪੁਲਿਸ ਦੱਸ ਸਕਦੀ ਹੈ ਕਿ 8 ਮਹੀਨਿਆਂ ਤੱਕ ਉਹ ਕੀ ਕਰ ਰਹੀ ਸੀ ਅਸਲ ਦੇ ਵਿੱਚ ਪੁਲਿਸ ਨੇ ਦਲੀਲ ਇਹ ਦਿੱਤੀ ਸੀ ਕਿ ਅਸੀਂ ਹੁਣ ਉਹਨਾਂ ਦਾ ਫੇਸਬੁੱਕ ਪੇਜ ਫਰੋਲਿਆ ਕਿਉਂਕਿ ਆ ਪਟਿਆਲੇ ਵਾਲੀ ਘਟਨਾ ਵੀ ਉਹਨਾਂ ਨੇ ਫੇਸਬੁੱਕ ਤੇ ਲਾਈਵ ਹੋ ਕੇ ਲੋਕਾਂ ਨੂੰ ਸੁਨੇਹਾ ਦਿੱਤਾ ਸੀ ਕਿ ਆਓ ਗੁਰਦੁਆਰਾ ਦੁਖਨਵੰਨ ਸਾਹਿਬ ਉਹ ਕਹਿੰਦੇ ਉਹਦੇ ਚ ਪਤਾ ਲੱਗਿਆ ਕਿ ਪਰਵਾਨਾ ਨੇ ਆਖਿਆ ਸੀ ਕਿ ਇਹਨੂੰ ਛੱਡਿਆ ਨਾ ਜਾਵੇ ਇਹਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਵੇ ਪਰ ਬਿਲਕੁਲ ਖੈਰਾ ਸਾਹਿਬ ਦੀ ਗੱਲ ਸੱਚੀ ਹੈ ਇਹਦਾ ਮਤਲਬ ਤੁਹਾਨੂੰ ਇੰਨੇ ਸਮੇਂ ਬਾਅਦ ਪਤਾ ਲੱਗਿਆ 8 ਮਹੀਨੇ ਤੁਸੀਂ ਕੀ ਕਰਦੇ ਸੀ ਉਹ ਕਹਿੰਦੇ ਕੁਝ ਹੋਰ ਸਿੱਖ ਨੌਜਵਾਨਾਂ ਨੂੰ ਵੀ ਇਹਨਾਂ ਮਸਲਿਆਂ ਜਾਂ ਹੋਰ ਨਾ ਮਸਲਿਆਂ 'ਚ ਗ੍ਰਿਫਤਾਰ ਕੀਤਾ ਜਾ ਰਿਹਾ ਹੈ ਤੇ ਫਿਰ ਉਹਨਾਂ 'ਤੇ ਤਸ਼ੱਦਦ ਵੀ ਕੀਤਾ ਜਾ ਰਿਹਾ ਹੈ ਕੀ ਕਹਿੰਦੇ ਇਹ ਰਾਜਨੀਤੀ ਆਮ ਆਦਮੀ ਪਾਰਟੀ ਦੀ ਕੀ ਪੰਜਾਬ ਇਸ ਤਰ੍ਹਾਂ ਚੱਲੂਗਾ ਕਿ ਇਸ ਤਰ੍ਹਾਂ ਪੰਜਾਬ ਦਾ ਮਾਹੌਲ ਹੀ ਵਿਗੜੂਗਾ ਪਰ ਦੂਸਰੇ ਪਾਸੇ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਨੇ ਕਿ ਉਹ ਭਾਵੇਂ ਸਿੱਖ ਹੋਵੇ ਮੁਸਲਮਾਨ ਹੋਵੇ ਹਿੰਦੂ ਹੋਵੇ ਅਸੀਂ ਇਹ ਉਹਨੂੰ ਧਰਮ ਦਾ ਆਧਾਰ ਬਣਾ ਕੇ ਨਹੀਂ ਚੁੱਕ ਰਹੇ ਅਸੀਂ ਜਿਹੜਾ ਵੀ ਕਿਤੇ ਐਸ ਤਰੀਕੇ ਦੀਆਂ ਗਤੀਵਿਧੀਆਂ ਦੇ ਵਿੱਚ ਸ਼ਾਮਲ ਹੋਵੇ ਭਾਵੇਂ ਕਿਸੇ ਵੀ ਫਿਰਕੇ ਨਾਲ ਕਿਸੇ ਵੀ ਜਾਤ-ਗੋਤ ਨਾਲ ਸੰਬੰਧਿਤ ਹੋਵੇ ਜਿਹੜਾ ਪੰਜਾਬ ਦਾ ਮਾਹੌਲ ਵਿਗਾੜੂ ਅਸੀਂ ਉਹਨੂੰ ਛੱਡਣਾ ਕੋਈ ਨਹੀਂ ਅਸੀਂ ਉਹਨੂੰ ਨੱਥ ਪਾਉਣੀ ਹੈ ਪਰ ਸੁਖਪਾਲ ਖੈਰਾ ਨੇ ਕਿਹਾ ਕਿ ਬੀਤੇ ਦਸਾਂ ਸਾਲਾਂ ਦੇ ਵਿੱਚ ਪੰਜਾਬ ਤੋਂ ਯੁਵਾਪਾਂ ਦੀ ਬਹੁਤ ਗਲਤ ਵਰਤੋਂ ਕੀਤੀ ਗਈ ਜਿਹੜੇ ਵੀ ਕਿਸੇ ਕੇਸ ਦੇ ਵਿੱਚ ਨੌਜਵਾਨਾਂ ਨੂੰ ਚੁੱਕਿਆ ਜਾ ਰਿਹਾ ਹੈ ਉਹ ਕਹਿੰਦੇ ਪਹਿਲਾਂ ਉਹਦੀ ਪੂਰੀ ਜਾਂਚ ਹੋਵੇ ਪੜਤਾਲ ਹੋਵੇ ਫਿਰ ਗ੍ਰਿਫਤਾਰ ਕਰ ਲੋ ਪੰਜਾਬ ਕਹਿੰਦੇ ਹਮੇਸ਼ਾ ਮੁਲਕ ਦੀ ਲੜਾਈ ਚੱਗੀ ਰਿਹਾ ਹੈ ਤੇ ਨਾਲ ਇੱਕ ਉਹਨਾਂ ਨੇ ਹੋਰ ਸਵਾਲ ਖੜਾ ਕੀਤਾ ਕਿਉਂਕਿ ਪੰਜਾਬ ਪੁਲਿਸ ਉਹਨਾਂ ਦੇ ਨਿਸ਼ਾਨੇ 'ਤੇ ਸੀ ਮੈਂ ਬੀਤੇ ਕਈ ਦਿਨ ਤੋਂ ਉਸ ਖਬਰ ਦੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਦਾ ਆ ਰਿਹਾ ਹਾਂ ਕਿ ਅਫੀਮ ਤਸਕਰੀ ਦਾ ਮੁਕੱਦਮਾ ਪਾ ਦਿੱਤਾ ਹਰਨੂਰ ਤੇ ਹਰਨੂਰ ਨੂੰ ਚੱਕ ਕੇ ਕੋਟਾ ਚੋਂ ਲਿਆਂਦਾ ਤੇ ਗ੍ਰਿਫਤਾਰੀ ਹੁਸ਼ਿਆਰਪੁਰ ਚ ਪਾਈ ਉਹ ਕਹਿੰਦਾ ਅਸਲ ਦੇ ਵਿੱਚ ਪੰਜਾਬ ਸਰਕਾਰ ਦੱਸੇ ਤਾਂ ਸਹੀ ਵਾਈਟ ਪੇਪਰ ਜਾਰੀ ਕਰਕੇ ਸਾਰਾ ਕੁਝ ਹੋ ਕੇ ਮੇਰੇ ਹੈ। ਗ੍ਰਿਫਤਾਰੀ ਕਿਤੋਂ ਹੁੰਦੀ ਹੈ, ਦਿਖਾਈ ਕਿਤੇ ਹੋਰ ਜਾਂਦੀ ਹੈ। ਤੇ ਨਾਲ ਹੀ ਉਹਨਾਂ ਨੇ ਓਪੀ ਸੋਨੀ ਤੇ ਕੁਝ ਹੋਰ ਜਿਹੜੇ ਵਿਧਾਇਕ ਨੇ ਜਿਨ੍ਹਾਂ ਦੀ ਸਿਕਿਉਰਿਟੀ ਕੜਾਈ ਘਟਾ ਦਿੱਤੀ ਗਈ ਹੈ। ਉਸ ਮੁੱਦੇ ਦੇ ਉੱਤੇ ਵੀ ਉਹਨਾਂ ਨੇ ਉਚਿਤੇ ਤੌਰ ਤੇ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਜ਼ਿਕਰ ਕੀਤਾ। ਉਹ ਕਹਿੰਦੇ ਸਾਨੂੰ ਕੋਈ ਇਤਰਾਜ਼ ਨਹੀਂ ਘਟਾ ਦਿਓ। ਸਿਕਿਉਰਿਟੀ ਹੋ ਜਾਏ ਘਟਾ। ਪਰ ਕਹਿੰਦੇ ਭਗਵੰਤ ਮਾਨ ਨੇ ਆਪਣੀ ਭੈਣ ਨੂੰ ਕਿਉਂ ਸਿਕਿਉਰਿਟੀ ਦੇਤੀ ਫਿਰ ਦੂਜਿਆਂ ਦੀਆਂ ਘਟਾਈਆਂ ਜਾ ਰਹੀਆਂ ਨੇ ਤੇ ਆਪਣੀ ਭੈਣ ਨੂੰ ਸਿਕਿਉਰਿਟੀ ਦੇ ਦਿੱਤੀ ਤੇ ਨਾਲ ਇੱਕ ਹੋਰ ਵੀ ਗੱਲ ਉਹਨਾਂ ਨੇ ਆਖੀ ਕਿ ਇੱਕ ਤਰਫਾ ਕਿਤੇ ਲੋਕਾਂ ਨੂੰ ਟਾਰਗੇਟ ਤਾਂ ਨਹੀਂ ਕੀਤਾ ਜਾ ਰਿਹਾ ਮੁਹਾਲੀ ਧਮਾਕਾ ਹੋਇਆ ਕੁਝ ਨੌਜਵਾਨਾਂ ਨੂੰ ਚ ਗ੍ਰਿਫਤਾਰ ਵੀ ਕਰ ਲਏ ਸੁਖਪਾਲ ਖੈਰ ਨੇ ਪੁੱਛਿਆ ਕਿ ਸਾਰੇ ਕੇਸਾਂ ਦੇ ਵਿੱਚ ਪੰਜਾਬ ਪੁਲਿਸ ਦੀ ਕਾਰਗੁਜ਼ਾਰੀ ਤਾਂ ਦੱਸੇ ਕਿ ਕਿੱਥੇ ਤਸੱਲੀ ਵਾਲੀ ਹੈ ਤੇ ਇੱਕ ਪਾਸੇ ਉਹ ਕਹਿੰਦੇ ਪੰਜਾਬ ਦੇ ਲਾਅ ਐਂਡ ਆਰਡਰ ਦੀ ਸਥਿਤੀ ਬੇਹੱਦ ਖਰਾਬ ਹੁੰਦੀ ਜਾ ਰਹੀ ਹੈ ਤੇ ਦੂਸਰੇ ਪਾਸੇ ਪੰਜਾਬ ਪੁਲਿਸ ਕਦੇ ਦਿੱਲੀ ਚੋਂ ਬੱਗੇ ਨੂੰ ਚੱਕਣ ਚਲੇ ਜਾਂਦੀ ਹੈ ਕਦੇ ਰਾਜਸਥਾਨ ਦੇ ਕੋਟਾ ਦੇ ਵਿੱਚੋਂ ਹਰਨੂਰ ਨੂੰ ਚੱਕਣ ਜਾਂਦੀ ਹੈ ਉਹ ਕਹਿੰਦੇ ਪੰਜਾਬ ਪੁਲਿਸ ਤਾਂ ਪੰਜਾਬ 'ਚ ਹੀ ਕੰਮ ਕਰ ਲੈ ਦੋਸ਼ੀ ਜਿਹੜੇ ਪੰਜਾਬ 'ਚ ਘੁੰਮਦੇ ਫਿਰਦੇ ਨੇ ਉਹਨਾਂ ਨੂੰ ਫੜ ਲੈ ਪਰ ਜਿਹੜੀਆਂ ਆ ਕਾਰਵਾਈਆਂ ਹੋ ਰਹੀਆਂ ਨੇ ਇਹਦੇ ਨਾਲ ਕਹਿੰਦੇ ਪੰਜਾਬ ਦੀ ਤੇ ਪੰਜਾਬ ਪੁਲਿਸ ਦੀ ਕ੍ਰਿਕਰੀ ਵੀ ਹੋ ਰਹੀ ਹੈ ਤੇ ਸਾਰੀਆਂ ਗੱਲਾਂ ਦੇ ਉੱਤੇ ਉਹਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕੀਤੀ ਹੈ ਕਿ ਆ ਸਾਰੇ ਮਾਮਲਿਆਂ ਦੇ ਵਿੱਚ ਖੁਦ ਦਖਲ ਦੇਣ ਪੰਜਾਬ ਪੁਲਿਸ ਦੀ ਕਾਰਗੁਜ਼ਾਰੀ ਨੂੰ ਸਹੀ ਕਰਵਾਉਣ ਉਹਨਾਂ ਇਹ ਵੀ ਕਿਹਾ ਕਿ ਪਰਵਾਨਾ ਨੂੰ ਨizampur ਹਲਕਾ ਦੀ ਘਟਨਾ ਦੇ ਵਿੱਚ ਨਾਮਜ਼ਦ ਕੀਤਾ ਗਿਆ ਤੇ ਇਸ ਮਾਮਲੇ ਦੇ ਵਿੱਚ ਕਪੂਰਥਲਾ ਦੇ ਐਸਐਸਪੀ ਤੋਂ ਕਹਿੰਦੇ ਅਸੀਂ ਜਾਂਚ ਦੀ ਮੰਗ ਕਰਦੇ ਹਾਂ ਤੇ ਨਾਲ ਜੇਕਰ ਜਾਂਚ ਨਾ ਕੀਤੀ ਗਈ ਇਨਸਾਫ ਨਾ ਮਿਲਿਆ ਤਾਂ ਮਜਬੂਰਨ ਸਾਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਐਸਐਸਪੀ ਦਫ਼ਤਰ ਦੇ ਬਾਹਰ ਧਰਨਾ ਵੀ ਦੇਣਾ ਪੈ ਸਕਦਾ ਹੈ। ਉਹ ਕਹਿੰਦੇ ਅਸੀਂ ਡੀਜੀਪੀ ਕੋਲ 2-3 ਦਿਨਾਂ 'ਚ ਜਾਵਾਂਗੇ। ਉਹਨਾਂ ਨੂੰ ਪੁੱਛਾਂਗੇ ਕਿ ਸਾਰਾ ਕੁਝ ਕੀ ਹੋ ਰਿਹਾ ਹੈ। ਤੇ ਦੂਸਰੀ ਗੱਲ ਏਸੀ ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਨੇ ਸੁਨੀਲ ਜਾਖੜ ਦੇ ਮੁਤਲਕ ਵੀ ਆਖੀ। ਕਿਉਂਕਿ ਆਪਾਂ ਕੱਲ ਜ਼ਿਕਰ ਕਰ ਰਹੇ ਸੀ ਕਿ ਸੁਨੀਲ ਜਾਖੜ ਹੋਰਾਂ ਨੇ ਕਾਂਗਰਸ ਨੂੰ ਅਲਵਿਦਾ ਆਖ ਦਿੱਤਾ ਹੈ ਤੇ ਗੁੱਡ ਲੱਕ ਤੇ ਗੁੱਡ ਬਾਏ ਇਕੱਠਾ ਹੀ ਕਹਿ ਦਿੱਤਾ। ਉਹ ਕਹਿੰਦੇ ਜਾਖੜ ਬੇਹੱਦ ਚੰਗੇ ਇਨਸਾਨ ਨੇ ਹਲੇ ਕੁਝ ਨਹੀਂ ਵਿਗੜਿਆ। ਡੁੱਲਿਆਂ ਬੇਰਾਂ ਦਾ ਤੇ ਹਾਈ ਕਮਾਂਡ ਨੂੰ ਨਸੀਹਤ ਵੀ ਦਿੱਤੀ ਆ ਕਿ ਜੇ ਉਹਨਾਂ ਨੂੰ ਵਾਪਸ ਬੁਲਾਓ ਉਹਨਾਂ ਨੂੰ ਵਾਪਸ ਭਰਉਣਾ ਚਾਹੀਦਾ ਹੈ ਜੇਕਰ ਇਹ ਕਾਂਗਰਸ ਹਾਈਕਮਾਨਾ ਰਾਬਤਾ ਕਰਕੇ ਗੌਰ ਕਰੇ ਤਾਂ ਉਹ ਪਾਰਟੀ ਵਿੱਚ ਦੁਬਾਰਾ ਵਾਪਸ ਆ ਸਕਦੇ ਆ ਹੁਣ ਇਹਦੇ ਨਾਲ ਕਈ ਸੁਨੇਹੇ ਦੇ ਦਿੱਤੇ ਪਹਿਲੀ ਗੱਲ ਤਾਂ ਸੁਖਪਾਲ ਖੈਰਾ ਨੇ ਇਹ ਅੱਖਰ ਦੀ ਕੋਸ਼ਿਸ਼ ਕੀਤੀ ਆ ਕਿ ਸਿਕਿਉਰਿਟੀ ਸਾਰਿਆਂ ਦੀ ਘਟਾਈ ਜਾਵੇ ਦੂਸਰੀ ਇਹ ਕਿ ਪੰਜਾਬ ਪੁਲਿਸ ਦੀ ਕਾਰਗੁਜ਼ਾਰੀ ਜਿਸ ਤਰ੍ਹਾਂ ਆਪ ਮੁਹਾਰੀ ਹੁੰਦੀ ਜਾ ਰਹੀ ਆ ਉੱਤੇ ਭਗਵੰਤ ਮਾਨ ਨੱਥ ਪਾਉਣ ਸਵਾਲ ਜਾਇਜ਼ ਚੁੱਕੇ ਨੇ ਪਰ ਸਵਾਲ ਇਸ ਗੱਲ ਦਾ ਹੈ ਕਿ ਕੀ ਭਾਵੇਂ ਉਹ ਸਿੱਖ ਹੈ ਭਾਵੇਂ ਉਹ Hindu ਹੈ ਭਾਵੇਂ ਉਹ ਮੁਸਲਮਾਨ ਹੈ ਇਸ ਬਨਾ ਦੇ ਉੱਤੇ ਲੋਕਾਂ ਦੇ ਵਿੱਚ ਇਹ ਪ੍ਰਚਾਰ ਨਾ ਕੀਤਾ ਜਾਵੇ ਕਿ ਜਾਣ ਬੁੱਝ ਕੇ ਸਿੱਖਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਜਾਂ Hindu ਨੂੰ ਕੀਤਾ ਜਾ ਰਿਹਾ ਜਾਂ ਮੁਸਲਮਾਨਾਂ ਨੂੰ ਕੀਤਾ ਜਾ ਰਿਹਾ ਹੈ ਜਦੋਂ ਕੋਈ ਵੀ ਸਿਆਸਤਾਂ ਨੇ ਇਸ ਤਰ੍ਹਾਂ ਦੀਆਂ ਗੱਲਾਂ ਕਰਦਾ ਹੈ ਕਈ ਵਾਰੀ ਉਹ ਚੱਲ ਰਹੀ ਜਾਂਚ ਦਾ ਜਾਂ ਲੋਕ ਰਾਏ ਦੀ ਡਾਇਰੈਕਸ਼ਨ ਚੇਂਜ ਕਰ ਦਿੰਦੇ ਆ ਵੇਖਦੇ ਆ ਕਿ ਪੰਜਾਬ ਪੁਲਿਸ ਆਉਣ ਵਾਲੇ ਦਿਨਾਂ ਦੇ ਵਿੱਚ ਆਪਣੀ ਕਾਰਗੁਜ਼ਾਰੀ ਜਿਸ ਤਰ੍ਹਾਂ ਦੀ ਉਹ ਤੇ ਦੋਸ਼ ਲੱਗਦਿਆ ਉਹਨਾਂ ਵਿੱਚ ਕੋਈ ਤਬਦੀਲੀ ਲਈ ਆਉਂਦੀ ਹੈ ਕੀ ਭਗਵਾਨ ਤਮਾਨ ਉਹਨਾਂ ਨੂੰ ਇਹਨਾਂ ਮਸਲਿਆਂ ਤੋਂ ਰੋਕਦੇ ਹੈ ਜਾਂ ਇਹਦੇ ਉੱਤੇ ਕੋਈ ਸਬੂਤ ਕੋਈ ਤੱਥ ਪੇਸ਼ ਕਰਦੇ ਹੈ ਸੋ ਦੋਸਤੋ ਕੁਲਮਲਾ ਕੇ ਏ ਸੀ ਆਪਣਾ ਅੱਜ ਦਾ ਪ੍ਰੋਗਰਾਮ ਉਮੀਦ ਕਰ ਰਹੇ ਹਾਂ ਤੁਹਾਨੂੰ ਚੰਗਾ ਲੱਗਿਆ ਹੋਣਾ ਜੇਕਰ ਪ੍ਰੋਗਰਾਮ ਚੰਗਾ ਲੱਗਿਆ ਕਿਰਪਾ ਕਰਕੇ ਲਾਈਕ ਅਤੇ ਸ਼ੇਅਰ ਜਰੂਰ ਕਰ ਦੇਣਾ ਸਮੇਂ ਦੀ ਸਮਾਪਤੀ ਹੈ ਜਾਣ ਤੋਂ ਪਹਿਲਾਂ ਕਹਾਂਗਾ ਜ਼ਿੰਦਗੀ ਜਿੰਦਾਦਰੀ ਦਾ ਨਾਮ ਹੈ ਦਵਿੰਦਰ ਸਿੰਘ ਬੈਣੀਪਾਲ ਨੂੰ ਆਗਿਆ ਦਿਓ ਸਤਿ ਸ਼੍ਰੀ ਅਕਾਲ ਤੇਰਾ ਪ੍ਰਖਾ